आरटीआई देख रहे ज्वाइंट सैकटरी ने अगे गुरपेज जी सारे प्रेस वाले जाओ कि अज तो 5 साल पहला एक अंदोलन चलिया सी इंडिया अगेंस्ट करप्शन तो सारे ही उस अंदोलन नाल कट्ठे होए करे जी और कल जड़ा वाक्य होया अमृतसर ओदे कार फुल दा गुलदस्ता लेके पहुंच गए आ मेन आइडियोलॉजी आ मेन आत्मा है आम आदमी पार्टी हिंसा है ही नहीं बाजवा जी ने बुलाई उथे वॉलंटियर बुलाया इनडायरेक्टली आप पिछे रहे कि उहदे पूरे सबूत हैगे उन्होंने क्योंकि जेडे प्रेस का मीडिया का काम देख रहे बलविंदर जी उन्होंने भी किया उन्होंने एक मैसेज बलवंत सोशल मीडिया के इंचार्ज ने तो ऐसा क्यों किया है क्योंकि इन टाइम पहुंच गए फिर प्रेस ने भी इंफॉर्मेशन दे दी गई और अनिल महाजन जी ने भी इनवाइट की करीब साढ़े को इनफॉर्मेशन है कि 5 गड्डियां बटालिया गई इस काम वास्ते ओदे विच लोकल वैलेंट बहुत घट वास्ते असी उत्थे पहुंचे हैं उन्होंने बटलाया गया कि जड़िया टिकटा है उन्होंने पैसे दे के लिया गई ऐसे टिकटा नहीं बावजूद पार्टी के विरुद्ध नारे लगे जिस वे इन्हें देखा अनिल महाजन जी ने इन्हों बर्दाश्त नहीं हो गई कार्रवाई कर जा रहे हो देखो कार्रवाई कार्रवाई का प्रश्न हैगा ਉਹ ਅਸੀਂ ਜਿੰਨੇ ਵੀ ਵਲੰਟੀਅਰਸ ਹੈ ਅਸੀਂ ਪੂਰੀ ਲੈਟਰ ਅੱਛੀ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਭੇਜ ਦਿੱਤੀ ਹੈਗੀ ਕੱਲ ਹੀ ਮੇਲ ਕਰ ਦਿੱਤੀ ਹੈਗੀ ਹੈ ਠੀਕ ਹੈ ਤੋ ਅੱਜ ਹੋਰ ਵੀ ਵਲੰਟੀਅਰ ਮੈਕਸੀਮਮ ਸਿਗਨੇਚਰਸ ਕਰਕੇ ਕਿ ਜੋ ਹੋਇਆ ਬਹੁਤ ਹੀ ਦੁਖਦਾਈ ਹੈ ਅੱਜ ਤੱਕ ਨਹੀਂ ਕਦੀ ਹੋਇਆ ਔਰ ਤੋ ਸ਼ਰਮ ਦੀ ਗੱਲ ਹੈ ਕਿ ਬਾਜਵਾ ਜੀ ਦੀ ਪ੍ਰੈਜੈਂਸ ਦੇ ਵਿੱਚ ਪਾਰਟੀ ਵਿਰੋਧੀ ਸਪੀਚਸ ਹੋਈਆਂ ਉਹਦੇ ਬਾਵਜੂਦ ਨਾਰੇ ਹੋਏ ਫਰੰਟ ਫਰੰਟ ਦੀਆਂ ਗੱਲ ਹੋਈਆਂ ਔਰ ਉਹ ਵਿਅਕਤੀ ਔਰ ਆਰਾਮ ਨਾਲ ਸਾਰੀਆਂ ਗੱਲਾਂ ਸੁਣ ਰਿਹਾ ਔਰ ਉਕਸਾ ਰਿਹਾ ਦੂਸਰੇ ਵਿਅਕਤੀਆਂ ਨੂੰ ਕਿ ਐਸੇ ਕੰਮ ਹੋਣ ਮੈਂ ਕਹਿਣਾ ਚਾਹਾਂਗਾ ਇਹਦੇ ਪਿੱਛੇ ਬਾਜਵਾ ਜੀ ਵੀ ਨਹੀਂ ਹੈ ਬਾਜਵਾ ਜੀ ਮੈਨੂੰ ਪਤਾ ਹੈ ਕਿ ਕੁਛ ਵੀ ਕੰਮ ਨਹੀਂ ਕਰ ਕੁਛ ਵੀ ਕਰਨਾ ਹੈ ਤਾਂ ਪਹਿਲਾਂ ਛੋਟੇਪੁਰ ਸਾਹਿਬ ਕੋਲ ਪੁੱਛਦੇ ਆ ਤੋ ਇਹਦੇ ਪਿੱਛੇ ਕਿਤੇ ਨਾ ਕਿਤੇ ਛੋਟੇਪੁਰ ਸਾਹਿਬ ਦਾ ਵੀ ਓਨਾ ਹੀ ਦੋਸ਼ ਹੈ ਕੱਲ ਜੋ ਅੰਮ੍ਰਿਤਸਰ ਹੋਇਆ ਹਾਂ ਬਾਜਵਾ ਜੀ ਸੀ ਹਾਂ ਉੱਥੋਂ ਡਾਇਰੈਕਸ਼ਨ ਤਾਂ ਉੱਥੋਂ ਹੀ ਆਉਂਦੀ ਹੈ ਉਹਨਾਂ ਨੂੰ ਦੇਖੋ ਪਾਰਟੀ ਜੋ ਸਮਝਦੀ ਹੈ ਮੈਂ ਕਹਾਂਗਾ ਕਿ ਸਖਤ ਤੋਂ ਸਖਤ ਐਲੀਗੇਸ਼ਨ ਲੈਣ ਉਹਨਾਂ ਨੇ ਪਾਰਟੀ ਪ੍ਰੈਜ਼ੀਡੈਂਟ ਤੱਕ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਆ ਸਿੱਖ ਵਿਰੋਧੀ ਹੈ ਹੈ ਪਾਰਟੀ ਆ ਪੈਸੇ ਲੈ ਕੇ ਟਿਕਟਾਂ ਦਿੰਦੀ ਹੈ ਔਰ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਔਰ ਛੱਡਿਆ ਕੀ ਹੈਗਾ ਔਰ ਪਾਰਟੀ ਜਿੰਨਾ ਸਖਤ ਤੋਂ ਸਖਤ ਔਰ ਖੁਦ ਉਹਨਾਂ ਦੇ ਉੱਤੇ ਇਲਜ਼ਾਮ ਕਲੀਅਰ ਹੈਗੇ ਨੇ ਜੇ ਖੁਦ ਹੀ ਬਣ ਚੁੱਕੇ ਨੇ ਕਿ ਮੈਂ 2 ਲੱਖ ਰੁਪਇਆ ਲਿੱਤਾ ਹੈਗਾ ਔਰ 2 ਲੱਖ ਰੁਪਇਆ ਨਹੀਂ ਬਹੁਤ ਸੇ ਵਲੰਟੀਅਰ ਬਹੁਤ ਗੱਲਾਂ ਕਰ ਰਹੇ ਹੈ ਔਰ ਕਿਹਾ ਜਾ ਰਿਹਾ ਸੀ ਅੰਮ੍ਰਿਤਸਰ ਵੀ ਕਾਫੀ ਜਾਣਿਆਂ ਨੂੰ ਕਿ ਤੁਸੀਂ ਜਾ ਕੇ ਮੱਥਾ ਟੇਕੋ ਜੇ ਟਿਕਟ ਲੈਣੀ ਹੈ ਬਿਲਕੁਲ 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 ਆ ਜੋ ਵੀ ਲੋਕ ਬਵਾਲ ਕਰ ਰਹੇ ਹੈ ਔਰ ਮਾਫ ਕਰਨਾ ਕੱਲ ਜੋ ਲੋਕ ਬੈਠੇ ਸੀ ਉਹਦੇ ਚ 5-7 ਲੋਕ ਐਸੇ ਹੈ ਸੀ ਜੇ ਕਹੋ ਤਾਂ ਮੈਂ ਨਾਮ ਵੀ ਲੈ ਦਿੰਦਾ ਔਰ ਉਹਨਾਂ ਨੂੰ ਟਿਕਟਾਂ ਦੇ ਪ੍ਰੋਮਿਸ ਤੱਕ ਹੋ ਚੁੱਕੇ ਹੈਗੇ ਸੀ ਡੈਫੀਨੇਟਲੀ ਉਸ ਤੋਂ ਬਗੈਰ ਕਿੱਥੇ ਕੰਮ ਕਰਦੇ ਛੋਟੇ ਸਾਹਿਬ ਜੇ ਮੈਨੂੰ ਵੀ ਕਿਹਾ ਗਿਆ ਹਾਂ ਹਾਂ ਮੈਨੂੰ ਸਮਝ ਨਹੀਂ ਆਈ ਮੈਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਛੋਟੇਪੁਰ ਸਾਹਿਬ ਕੋਲ ਜਾਓ ਮਾਫੀ ਮੰਗੋ ਮੈਂ ਕਿਹਾ ਮੈਂ ਤੇ ਅੱਜ ਤੱਕ ਕੋਈ ਪਾਰਟੀ ਵਿਰੁੱਧ ਕੰਮ ਹੀ ਨਹੀਂ ਕੀਤਾ ਮੈਂ ਤੇ ਪਾਰਟੀ ਦੀ ਆਈਡੋਲੋਜੀ ਨੇ ਅਰਵਿੰਦ ਜੀ ਦੀ ਆਈਡੋਲੋਜੀ ਨੇ ਆ ਖੜਾ ਹੈਗਾ ਮੱਥਾ ਟੇਕੋ ਮੈਨੂੰ ਮੱਥਾ ਟੇਕਣ ਦੀ ਸਮਝ ਸੀ ਕਿ ਮੱਥਾ ਕੀ ਟੇਕੀ ਹੈ ਹੁਣ ਪਤਾ ਲੱਗ ਰਿਹਾ ਕਿ ਲੋਕ ਹੁਣ ਦੱਸ ਰਹੇ ਕਿ ਕੋਈ ਕਹਿ ਰਿਹਾ ਮੈਂ ਇੰਨਾ ਮੱਥਾ ਟੇਕਿਆ ਕੋਈ ਕਹਿੰਦਾ ਇੰਨਾ ਮੱਥਾ ਟੇਕਿਆ ਜੀ ਤੁਸੀਂ ਆਪਣੇ ਬੰਦੇ ਨੂੰ ਇਨਸਾਫ ਦਿਵਾਉਣ ਵਾਸਤੇ ਕੀ ਕਰੋਗੇ ਪੁਲਿਸ ਸ਼ਿਕਾਇਤ ਕਰੋਗੇ ਕਿਉਂਕਿ ਕੱਲ ਉਹ ਬੰਦੇ ਨੇ ਕਿਹਾ ਸੀ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਮੈਨੂੰ ਹੋਇਆ ਹੀ ਕੱਖ ਨਹੀਂ ਦੇਖੋ ਮੈਂ ਉਹ ਵਿਅਕਤੀ ਨੇ ਕਿਹਾ ਔਰ ਮੈਂ ਖੁਦ ਉਹਦੀ ਗੱਲ ਨੂੰ ਐਕਸੈਪਟ ਕਰਾਂਗਾ ਕਿ ਉਹ ਵੀ ਅਰਵਿੰਦ ਕੇਜਰੀਵਾਲ ਦੇ ਨਕਸ਼ੇ ਕਦਮ ਤੇ ਚੱਲ ਰਹੇ ਹੈਗੇ ਔਰ साफ पता लग रहा है गुस्सामुखी हो रही है हुण पंच मारे जा रहे है वह वीडियो भी है तुम खुद भी देख सकते हो हुण उथों डर गया सी उथों निकलन वास्ते उन्हें कहा कि मैनू कुछ बाजवा जी ने उन्हें कहा कि तू आ बयान दे प्रेस के अंदर अंदर कमरे च ले जाके ਉਹ ਇਸ ਕਰਕੇ ਡਰ ਗਿਆ ਕਿ ਮੈਂ ਹੁਣ ਨਹੀਂ ਬੋਲੋ ਬੋਲੋ ਅਲੀ ਮਾਜਨ ਜੀ ਤੁਸੀਂ ਗੱਲ ਮੈਂ ਉੱਥੇ ਬਚ ਕੇ ਆਉਣ ਲੱਗਿਆ ਬਚ ਕੇ ਨਿਕਲ ਕੇ ਆਉਣਾ ਚਾਹੁੰਦਾ ਸੀਗਾ ਮੈਂ ਉੱਥੇ ਇੰਨੀ ਭੀੜ ਦੇ ਵਿੱਚ ਮੈਨੂੰ ਮਾਰ ਦਿੰਦੇ ਫਿਰ ਕੌਣ ਜ਼ਿੰਮੇਵਾਰ ਸੀਗਾ ਤੇ ਫਿਰ ਤੁਸੀਂ ਕੀ ਕੀਤਾ ਝੂਠ ਬੋਲਿਆ ਫਿਰ ਮੈਂ ਉੱਥੋਂ ਨਿਕਲਣ ਵਾਸਤੇ ਕਿਸੇ ਤਰ੍ਹਾਂ ਨਿਕਲਣਾ ਮੇਰਾ ਬੈਡ ਪ੍ਰੈਸ਼ਰ ਵੱਧ ਗਿਆ ਸੀ ਮੈਂ ਮੈਡੀਸਨ ਵੀ ਆਪਣੀ ਨਾਲ ਹੀ ਲੈ ਕੇ ਗਿਆ ਸੀ
ਬਲੱਡ ਪ੍ਰੈਸ਼ਰ ਮੈਨੂੰ ਵਧਦਾ ਸ਼ੂਗਰ ਨੂੰ ਹੋ ਜਾਂਦੀ ਮੈਂ ਉਸ ਬਚਦਾ ਬਚ ਕੇ ਨਿਕਲ ਜਾਂਦਾ ਮੇਰੀ ਤਬੀਅਤ ਖਰਾਬ ਸੀ ਉਸ ਵੇਲੇ ਬਸ ਜੋ ਸਿੰਘ ਲੀਡਰਸ਼ਿਪ ਨਿਰਣੇ ਲਏਗੀ ਇਹ ਸਭ ਵੇਖ ਕੇ ਹਾਂਜੀ ਜਗਜੋਤ ਜੀ ਨੂੰ ਪਤਾ ਕੱਲ ਉੱਥੇ ਹੈਗੇ